ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਕੀ ਭਾਈ ਪੱਲਾ ਜੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਭਿੱਜੀ ਹੋਈ ਇੱਕ ਬੀਬੀ ਸੰਤੀ ਬਾਬਾ ਬਕਾਲਾ ਦੇ ਕੋਲ ਪਿੰਨ ਬਤਾਲਾ ਵਿਖੇ ਵਿਆਹੀ ਗਈ ਕਰਮਾਂ ਦੀ ਨੇਤ ਸਾਰਾ ਸੋਰਾ ਪਰਿਵਾਰ ਸਖੀ ਸਰਵਰਾ ਨੂੰ ਮੰਨਦਾ ਸੀ ਮੁਗਲ ਰਾਜ ਹੋਣ ਕਾਰਨ ਉਸ ਸਮੇਂ ਸਖੀ ਸਰਵਰੀਆ ਦਾ ਬੜਾ ਜ਼ੋਰ ਸੀ ਮੋਤਾਲਾ ਪਿੰਡ ਸਖੀ ਸਰਵਰੀਆ ਦਾ ਗੜ ਹੋਣ ਕਾਰਨ ਹਰ ਵੇਲੇ ਉਹਨਾਂ ਦਾ ਡੰਕਾ ਖੜਕਦਾ ਰਹਿੰਦਾ ਸੀ ਪਰੰਤੂ ਪਿੰਡ ਵਾਸੀਆਂ ਵਿੱਚ ਸਖੀ ਸਰਵਰੀਆ ਦਾ ਜੋਰ ਹੋਣ ਕਾਰਨ ਉਸ ਦੀ ਕੋਈ ਪੇਸ਼ ਨਹੀਂ ਸੀ ਜਾਂਦੀ ਬੀਬੀ ਸੰਤੀ ਭਾਵੇਂ ਸਖੀ ਸਰਵਰੀਆ ਘਰ ਆਈ ਗਈ ਸੀ ਪਰ ਉਸ ਨੇ ਗੁਰਬਾਣੀ ਦਾ ਨੀਮ ਨਹੀਂ ਛੱਡਿਆ ਸਖੀ ਸਰਵਰ ਦੀ ਪੂਜਾ ਨਾ ਕੀਤੀ ਅਤੇ ਨਾ ਹੀ ਗੁਰਮਤ ਦੇ ਵਿਰੁੱਧ ਕੋਈ ਕਾਰਜ ਕੀਤਾ ਸੌਰੇ ਪਰਿਵਾਰ ਨੇ ਸਖੀ ਸਰਵਰ ਨੂੰ ਨਾਮੰਨਨ ਕਰਨ ਕਾਰਨ ਬਾਰ ਕੱਢ ਦਿੱਤਾ ਘਰ ਦੇ ਬਾਹਰ ਇੱਕ ਨਿੱਕੀ ਜਿਹੀ ਛਪੜੀ ਪਾ ਕੇ ਰਹਿਣਾ ਸ਼ੁਰੂ ਕਰ ਲਿਆ ਪਰ ਗੁਰਬਾਣੀ ਦਾ ਨੀਮ ਨਹੀਂ ਛੱਡਿਆ ਕੁਝ ਚਿਰ ਬਾਅਦ ਸੰਤੀ ਦੀ ਕੁੱਖ ਤੋਂ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਪੱਲਾ ਰੱਖਿਆ ਦੂਜੇ ਪਾਸੇ ਪਤੀ ਦੀ ਮੌਤ ਹੋ ਗਈ ਲੋਕ ਪਿੰਡ ਵਾਸੀ ਤਾਨੇ ਮਾਰਨ ਲੱਗੇ ਪਰ ਸੰਤੀ ਨੇ ਗੁਰੂ ਚਰਨਾਂ ਨਾਲ ਹੀ ਨਾਤਾ ਜੋੜੀ ਰੱਖਿਆ ਸੰਤੀ ਨੇ ਆਪਣੇ ਪਤੀ ਦੀ ਮੌਤ ਬਾਅਦ ਆਪਣੇ ਪੁੱਤਰ ਪੱਲੇ ਨੂੰ ਇਹੀ ਸਿੱਖਿਆ ਦਿੱਤੀ ਸੀ ਕਿ ਸਿਰਫ ਤੇ ਸਿਰਫ ਗੁਰੂ ਸਾਹਿਬ ਅਤੇ ਗੁਰਬਾਣੀ ਨਾਲ ਹੀ ਸੱਚੀ ਪ੍ਰੀਤ ਕਰਨੀ ਹੈ ਹੋਰ ਕਿਸੇ ਨਾਲ ਨਹੀਂ ਆਪਣੀ ਗੋਦੀ ਪਾ ਕੇ ਹਮੇਸ਼ਾ ਗੁਰੂ ਘਰ ਦੀਆਂ ਸਾਖੀਆਂ ਸੁਣਾਉਣੀਆਂ ਦੁੱਧ ਪਿਲਾਉਂਦੇ ਸਮੇਂ ਰਾਤ ਨੂੰ ਸੌਣ ਸਮੇਂ ਗੁਰਬਾਣੀ ਦਾ ਕੋਈ ਇੱਕ ਸਾਖੀ ਗੁਰੂ ਪ੍ਰੇਮ ਵਿੱਚ ਸੁਣਾਉਣ ਦਾ ਯਤਨ ਕਰਨਾ ਪੱਲਾ ਜਦੋਂ ਵੀ ਆਪਣੀ ਮਾਤਾ ਤੋਂ ਗੁਰੂ ਘਰ ਸੰਬੰਧੀ ਇਤਿਹਾਸ ਸੁੰਦਾ ਤਾਂ ਸਵਾਲ ਕਰਦਾ ਤਾਂ ਮਾਂ ਸਮਝਾਉਂਦੀ ਪੱਲਾ ਉਹ ਸੱਚੇ ਪਾਤਸ਼ਾਹ ਹਨ ਉਹ ਸ੍ਰੀ ਅਮਰਤਸਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ 6ਵੀਂ ਜੋਤ ਹਨ ਉਹ ਆਪਣੇ ਪਿਆਰਿਆਂ ਨੂੰ ਬਹੁਤ ਪਿਆਰ ਕਰਦੇ ਹਨ ਜੋ ਵੀ ਉਹਨਾਂ ਨੂੰ ਦਿਲੋਂ ਹਿਰਦੇ ਨਾਲ ਯਾਦ ਕਰੇ ਉਸ ਨੂੰ ਉਹ ਜ਼ਰੂਰ ਮਿਲਦੇ ਹਨ ਉਨ੍ਹਾਂ ਨੂੰ ਯਾਦ ਕਰਿਆ ਕਰ ਉਹ ਸਾਨੂੰ ਦਰਸ਼ਨ ਦਿਦਾਰੇ ਜਰੂਰ ਬਖਸ਼ਣਗੇ ਤੂੰ ਉਨ੍ਹਾਂ ਦੇ ਦਰਸ਼ਨਾਂ ਦਾ ਧਿਆਨ ਧਰ ਕੇ ਆਪਣੇ ਪੱਲੇ ਵਿੱਚ ਗੁੜ ਦੀ ਰੋੜੀ ਬਨ ਲੈ ਜਦੋਂ ਦਰਸ਼ਨ ਹੋਣ ਉਸੇ ਵੇਲੇ ਇਹ ਪੇਟਾ ਉਨ੍ਹਾਂ ਨੂੰ ਅਰਪਣ ਕਰ ਦੇਵੀ ਪਾਈ ਪੱਲਾ ਬਸ ਉਸੇ ਦਿਨ ਤੋਂ ਆਪਣੇ ਪੱਲੇ ਪਾਵ ਗਲ ਦਾ ਪਰਣਾ ਕੱਪੜੇ ਵਿੱਚ ਗੁੜ ਦੀ ਰੋੜੀ ਬਨ ਕੇ ਇਹੋ ਅਰਦਾਸ ਕਰਦਾ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਦਰਸ਼ਨ ਦਿਦਾਰੇ ਬਖਸ਼ੋ ਜੀ ਇੰਜ ਹਰ ਸਮੇਂ ਚਿਤ ਨੂੰ ਸਤਗੁਰਾਂ ਦੇ ਚਰਨਾਂ ਵਿੱਚ ਹੀ ਜੋੜੀ ਰੱਖਦਾ ਇੱਕ ਦਿਨ ਅਰਦਾਸ ਕਰਦਿਆਂ ਲਿਵ ਲੱਗ ਗਏ ਤੇ ਉਧਰੋਂ ਤੇਜ਼ ਗਰਮੀ ਤੇ ਮਹਿੋਸ਼ ਹੋ ਡਿੱਗ ਗਿਆ ਉਧਰ ਅੰਤਰਜਾਮੀ ਸਤਗੁਰਾਂ ਜੀ ਨੂੰ ਸਾਰੇ ਹਾਲਾਤ ਦਾ ਪਤਾ ਲੱਗਾ ਤੇ ਸਤਗੁਰੂ ਪ੍ਰੇਮ ਦੇ ਖਿੱਚ ਨਾਲ ਬਾਬਾ ਬਕਾਲੇ ਵੱਲ ਚੱਲ ਪਏ ਪੋਲੇ ਪਾਲੇ ਪੱਲੇ ਦੇ ਪਿਆਰ ਦੇ ਸਬੰਧ ਕਾਰਨ ਸਤਗੁਰੂ ਬਤਾਲੇ ਪਿੰਡ ਪਹੁੰਚੇ ਪਿੰਡ ਵਾਸੀਆਂ ਨੇ ਸਤਗੁਰੂ ਦਾ ਕੋਈ ਆਦਰ ਸਤਕਾਰ ਨਾ ਕੀਤਾ ਸਤਗੁਰੂ ਜੀ ਨੇ ਘੋੜਾ ਪਾਈ ਪੱਲੇ ਦੇ ਖੇਤਾਂ ਵੱਲ ਦੁੜਾਇਆ ਤੇ ਦੇਖਿਆ ਕਿ ਪੱਲਾ ਬੇਹੋਸ਼ ਹੋ ਡਿੱਗ ਪਿਆ ਤੇ ਉਹਨਾਂ ਦੇ ਚਰਨਾਂ ਦਾ ਧਿਆਨ ਤਰ ਕੇ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਹੈ ਸਤਗੁਰੂ ਕੋਲ ਜਾ ਕੇ ਕਹਿਣ ਲੱਗੇ ਪੱਲਿਆ ਉਠ ਤੇਰੇ ਪ੍ਰੇਮ ਦੀ ਪਕੜ ਨੇ ਸਾਨੂੰ ਤੇਰੇ ਕੋਲ ਇਥੇ ਖਿੱਚ ਲਿਆਂਦਾ ਹੈ ਪੱਲੇ ਨੇ ਜਦੋਂ ਦਰਸ਼ਣ ਦੇਦਾਰ ਕੀਤੇ ਤੇ ਮੱਥਾ ਚਰਨਾਂ ਨਾਲ ਜੋੜ ਦਿੱਤਾ ਵਿਰਾਗ ਕਰਕੇ ਅੱਖਾਂ ਜਲ ਨਾਲ ਭਰ ਗਈਆਂ ਸੱਚੇ ਪਾਤਸ਼ਾਹ ਨੇ ਆਖਿਆ ਪੱਲਿਆ ਤੂੰ ਨਿਹਾਲ ਪੱਲਿਆ ਤੂੰ ਤੇ ਸਾਨੂੰ ਗੁੜ ਛਕਾਉਣਾ ਸੀ ਜਦ ਇਹ ਸੁਨਾਇਆ ਹੋਰ ਪਿਆਰ ਜਾਗਿਆ ਸੋਚਦਾ ਹੈ ਕਿ ਜੋ ਮਾਂ ਨੇ ਸੁਨਾਇਆ ਇਹ ਤਾਂ ਪਰਤਖ ਹੈ ਜਿਸ ਗੱਲ ਦੇ ਪੱਲੇ 'ਚ ਗੁੜ ਦੀ ਰੋੜੀ ਦੀ ਗੰਡ ਬੰਨ ਕੇ ਰੱਖੀ ਪੇਟਾ ਕਰਨ ਕਾ ਵਾਸਤੇ ਗੰਡ ਖੁੱਲਦੀ ਨਹੀਂ ਸਤਿਗੁਰੂ ਜੀ ਨੇ ਆ ਕਿਹਾ ਲਿਆ ਪੱਲਿਆ ਤੇਰੀਆਂ ਗੰਡਾਂ ਮੈਂ ਖੋਲਦਿਆਂ ਹੁਣ ਸਤਿਗੁਰੂ ਜੀ ਇੱਕ ਇੱਕ ਗੰਡ ਆਪਣੇ ਹੱਥੀ ਖੋਲ ਰਏ ਹਨ ਜਿਵੇਂ ਪੱਲੇ ਦੀ ਜਨਮਾ ਜਨਮਾ ਦੀ ਗਰੀਬੀ ਦੇ ਦੁੱਖ ਦੂਰ ਕਰ ਰਏ ਹੋਣ ਗੁੜ ਛੱਕ ਕੇ ਆਖਿਆ ਸਾਨੂੰ ਅਤੇ ਸਾਡੇ ਸਿੱਖਾਂ ਨੂੰ ਬੜੀ ਭੁੱਖ ਲੱਗੀ ਹੈ ਘਰ ਚੱਲ ਕੇ ਪ੍ਰਸ਼ਾਦਾ ਛਕਾ ਪੱਲਾ ਹੋਰ ਕੀ ਮੰਗਦਾ ਸੀ ਅੰਤਰਜਾਮੀ ਤਾਂ ਕਟ ਕਟ ਦੀ ਜਾਣਨ ਵਾਲੇ ਸਨ ਮੇਰੇ ਧੰਨ ਭਾਗ ਸੱਚੇ ਪਾਤਸ਼ਾਹ ਆਓ ਜੀ ਆਇਆਂ ਨੂੰ ਪੱਲਾ ਕੋਰੇ ਦੇ ਨਾਲ-ਨਾਲ ਦੌੜਨ ਲੱਗ ਪਿਆ ਮਾਂ ਨੂੰ ਉੱਚੀ-ਉੱਚੀ ਕਹਿਣ ਲੱਗਾ ਮਾਂ ਜਿੰਨੂੰ ਰੋਜ਼ ਯਾਦ ਕਰਦੀ ਸੈਂ ਉਹ ਸਤਿਗੁਰੂ ਆ ਗਏ ਨੇ ਸਾਡੇ ਸਾਰੇ ਦੁੱਖ ਦੂਰ ਹੋ ਗਏ ਹਨ ਪੱਲੇ ਨੂੰ ਇੰਜ ਲੱਗ ਰਿਹਾ ਸੀ ਕਿ ਜਿਵੇਂ ਕੋਈ ਰਾਜ਼ ਮਿਲ ਗਿਆ ਹੋਵੇ ਬੜਾ ਖੁਸ਼ ਸੀ ਮਾਂ ਨੇ ਜਦੋਂ ਸਤਗੁਰੂ ਨੂੰ ਦੇਖਿਆ ਉਹਨੂੰ ਤਾਂ ਯਕੀਨ ਹੀ ਨਾ ਹੋਵੇ ਕਿ ਅੱਜ ਦੀਨ ਦੁਨੀਆ ਦਾ ਮਾਲਕ ਉਸ ਦੇ ਵਿਹੜੇ ਆਇਆ ਹੋਇਆ ਹੈ ਚਾਟ ਚਰਨਾ ਤੇ ਟੈਪਈ ਇੰਨੇ ਚਿਰ ਨੂੰ ਸਿੱਖ ਵੀ ਆ ਪਹੁੰਚੇ ਪੱਲਾ ਨੇ ਉਸ ਦੀ ਮਾਂ ਕੋਲ ਤਾਂ ਥੋੜਾ ਜਿਹਾ ਕੁ ਆਟਾ ਸੀ ਤੇ ਥੋੜੀ ਜਹੀ ਦਾਲ ਪਿੰਡ ਵਾਲਿਆਂ ਨੇ ਆਪਸ ਵਿੱਚ ਮਤਾ ਪਕਾਇਆ ਕਿ ਇਹ ਇੰਨੇ ਸਿੱਖਾਂ ਨੂੰ ਲੰਗਰ ਕਿਵੇਂ ਛਕਾਉਣਗੇ ਨਾ ਛਕਾ ਸਕਣਗੇ ਤੇ ਇਹਨਾਂ ਦਾ ਮਖੌਲ ਬਣਾਵਾਂਗੇ ਪਰ ਅੱਜ ਰੱਬ ਆਪ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਆ ਬੈਠਾ ਸੀ ਮਾਤਾ ਨੇ ਆਟਾ ਗੁੰਨਿਆ ਤੇ ਦਾਲ ਬਣਾਉਣੀ ਸ਼ੁਰੂ ਕਰ ਦਿੱਤੀ ਤਨ ਨੇ ਸਤਿਗੁਰੂ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਆਪਣੇ ਸੇਵਕਾਂ ਦੀ ਪਾਤ ਰੱਖਣ ਵਾਲੇ ਗੁਰੂ ਸਾਹਿਬ ਜੀ ਨੇ ਪਾਈ ਪੱਲੇ ਨੂੰ ਇੱਕ ਰੁਮਾਲ ਦਿੱਤਾ ਤੇ ਕਿਹਾ ਲੰਗਰ ਤੇ ਪਾ ਦੇ ਤੇ ਵੇਖਣਾ ਨਹੀਂ ਵਸਤੂ ਕਿੰਨੀ ਰਹਿ ਗਈ ਹੈ ਸਾਰੇ ਪਿੰਡ ਨੂੰ ਆਖੋ ਲੰਗਰ ਪ੍ਰਸ਼ਾਦ ਛਕੋ ਉਹਨਾਂ ਤੋਂ ਬਾਅਦ ਸਿੱਖਾਂ ਨੂੰ ਛਕਾਉਣਾ ਅਸੀਂ ਫਿਰ ਬਾਅਦ ਵਿੱਚ ਛਕਾਂਗੇ ਮਖੌਲ ਉਡਾਉਣ ਵਾਲੇ ਕਰ ਆ ਕੇ ਪੰਕਤਾਂ ਵਿੱਚ ਬੈਠ ਕੇ ਲੰਗਰ ਛਕਣ ਲੱਗ ਪਏ ਤੇ ਦੇਖਾ ਲੱਗੇ ਕਿ ਇੰਨਾ ਘਰ ਤਾਂ ਇੰਨਾ ਰਾਸ਼ਨ ਹੋਣਾ ਨਹੀਂ ਜੇ ਨਾ ਖਵਾਇਆ ਤਾਂ ਇਹਨਾਂ ਦਾ ਨਿਰਾਦਰ ਕਰਾਂਗੇ ਸਾਰਾ ਪਿੰਡ ਲੰਗਰ ਛਕ ਗਿਆ ਸਤਿਗੁਰੂ ਦੀ ਕਿਰਪਾ ਸਦਕਾ ਐਸੀ ਬਰਕਤ ਪਈ ਸਿੱਖਾਂ ਅਤੇ ਸਤਿਗੁਰਾਂ ਨੇ ਲੰਗਰ ਛਕਿਆ ਫਿਰ ਦੀਵਾਨ ਲਗਾਇਆ ਸਤਿਗੁਰਾਂ ਨੇ ਆਪ ਅਰਦਾਸ ਕੀਤੀ ਸੰਤੀ ਤੇ ਪਾਈ ਪੱਲੇ ਦੇ ਪਾਗ ਹੀ ਜਾਗ ਪਏ ਪਾਈ ਪੱਲੇ ਨੂੰ ਗੁਰਮਤ ਪ੍ਰਚਾਰ ਦੀ ਜ਼ਿੰਮੇਵਾਰੀ ਝੋਲੀ ਵਿੱਚ ਪਾਈ ਪਾਈ ਪੱਲੇ ਦੇ ਘਰ ਨੂੰ ਧਰਮਸ਼ਾਲਾ ਦਾ ਰੂਪ ਦਿੱਤੇ ਹੋਏ ਨੇਮ ਨਾਲ ਕਥਾ ਕੀਰਤਨ ਆਰੰਭ ਕਰਵਾ ਦਿੱਤਾ ਜਿਸ ਕਾਰਨ ਸਖੀ ਸਰਵਰੀਆ ਦਾ ਡੰਕਾ ਵਾਜਦਾ ਬੰਦ ਹੋ ਗਿਆ ਹਰ ਰੋਜ਼ ਸਵੇਰੇ ਸ਼ਾਮ ਸੇਵਾ ਸਿਮਰਨ ਸ਼ੁਰੂ ਹੋ ਗਿਆ ਪਾਈ ਪੱਲਾ ਤੇ ਉਸ ਦੀ ਮਾਤਾ ਸੰਤੀ ਨੂੰ ਸਤਿਗੁਰਾਂ ਨੇ ਬੇਅੰਤ ਬਖਸ਼ਿਸ਼ਾਂ ਚੋਲੀ ਵਿੱਚ ਪਾਈਆਂ ਕੇ ਮਾ ਪੁੱਤ ਦੇ ਸਦਕੇ ਸਾਰਾ ਇਲਾਕਾ ਗੁਰੂ ਸਿੱਖੀ ਨਾਲ ਜੁੜਿਆ ਅੱਜ ਇਹਨਾਂ ਦੇ ਨਾਮ ਤੇ ਬਤਾਲਾ ਪਿੰਡ ਵਿੱਚ ਪਾਈ ਪੱਲਾ ਜੀ ਦਾ ਗੁਰਦੁਆਰਾ ਸੰਬੋਧਿਤ ਹੈ ਸਿੱਖਿਆ ਆਸ-ਪਾਸ ਦੇ ਵਿਰੁੱਧ ਦੇ باوجود ਵੀ ਪਾਈ ਪੱਲੇ ਦੀ ਮਾਤਾ ਨੇ ਗੁਰੂ ਦਾ ਦਰ ਨਹੀਂ ਛੱਡਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ